ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਫਿਰ ਵਧੀਆ, ਮੀਂਹ ਮੂੰਹ ਪਵਾ ਲਾ ਮਾੜਾ ਮੋਟਾ? ਮੀਂਹ ਤਾਂ ਰੋਜ਼ ਅਰਦਾਸ ਕਰਦਾ ਹੈ। ਮਾਸੜ ਤੇ ਚੌਲ ਖਰਾਬ, ਚੌਲ ਮਾਸੜ ਦੇ ਕੰਮ ਖਰਾਬ ਕਰਦੇ, ਮਾਸੜ ਚੌਲ ਕੰਮ ਖਰਾਬ ਕਰਦੇ। ਉਹ ਕੁਛ ਨਹੀਂ ਕਹਿੰਦੇ ਹੈਗੇ, ਥੋੜੇ ਬਣਾ ਲੈ ਪਿਛਲੀ ਵਾਰੀ, ਪੈਲੇ ਦਾ ਆਪਣਾ ਨੰਬਰ ਆਇਆ ਪਈ ਹੈ ਪਿਛਲੀ ਵਾਰੀ, ਵਾਲੇ ਪੈਲੇ ਆਪਣਾ ਹੀ ਹੈ। ਰੋਪੜ ਵੀ ਪੈ ਲਿਆ ਗੱਗਾ ਕਹਿੰਦਾ, ਖੈਰਾਬਾਦ ਚ ਅੱਗੇ ਥੋੜਾ ਜਿਹਾ ਰੋਪੜ ਸੋਹਣਾ ਪੈ ਲਿਆ, ਰੋਪੜ ਪੈ ਲਿਆ, ਟਿੱਬੀ ਸਾਹਿਬ ਪੂਰਾ ਪੈ ਲਿਆ ਕਹਿੰਦਾ। ਤੁਸੀਂ ਕਹਿੰਦਾ ਫਿਰ ਰੋਪੜ ਹੋਈ ਹੋ ਗਿਆ ਖੈਰਾਬਾਦ ਤੱਕਰੇ ਦਾ। ਹਾਂ, ਚੰਡੀਗੜ੍ਹ ਮੋਹਾਲੀ ਕਾਫੀ ਆ, ਆਪਣੇ ਨਹੀਂ ਹੈਗਾ। ਤੇਰਾ ਇੱਥੇ ਪਤਾ ਨਹੀਂ ਯਾਰ, ਆਪਣੇ ਮਾਂ ਮਾਰੇ ਵੈਸੀ ਹੁਣ ਤੇਰਾ ਮੁੰਡਾ ਤਾਂ ਜਦੇ ਕਹਿੰਦਾ ਨਾ ਜੀ ਨਾ, ਕਹਿੰਦਾ ਕਹਿੰਦਾ ਅੱਗ ਦਾ ਫੂਕਿਆ ਹੋਇਆ ਟਟਿਆਣੇ ਤੇ ਵੀ ਡਰ ਲੱਗਦਾ ਯਾਰ, ਐਂ ਬਲ ਕੇ ਬੁੱਧਾ ਨਾ ਰਾਤ ਨੂੰ, ਉਹ ਕੰਮ ਡਰ ਲੱਗਦਾ ਵੀ ਜੇ ਪਿਛਲੇ ਸਾਲ ਟੁੱਟ ਗਈ ਹੋਊਗੀ ਤੇ ਰੇਗੇ ਸਾਲ ਟੁੱਟੀ ਜਾਊਂਗੀ। ਤੂੰ ਮੀਂਹ ਤਾਂ ਪੈਰਾਂ ਦੇ ਚਾਰ ਕਿਣੀਆਂ ਪੈ ਜਾਣਾ, ਉਹ ਪੈ ਜਾਣਾ ਬਹੁਤਾ ਨਹੀਂ ਤਾਂ ਗੰਨਿਆਂ ਵਾਸਤੇ ਹੀ ਪਵਾ ਲਓ, ਪੈ ਜਾਣਾ ਪਹਿਲਾਂ ਗੰਨਿਆਂ ਦਾ ਪੂਲ ਦਾ ਬੁਰਾ ਹਾਲ ਹੋ ਗਿਆ ਸਾ। ਉਹੀ ਤਾਂ ਮੈਂ ਤੈਨੂੰ ਕਹਿੰਦਾ ਮੇਰਾ ਅੱਜ ਕੱਖ ਤਾਂ ਨਾ ਸੁੱਕ ਗਿਆ, ਥੋੜਾ ਸੁੱਕ ਗਿਆ ਧੁੱਪਾਂ ਨਾਲ, ਸੇਕ ਨਾਲ ਧੁੱਪਾਂ ਨਾਲ ਸੁੱਕ ਗਿਆ ਹੈ ਬਈ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਅੱਜ ਕਰਾਇਆ ਫਿਰ ਵੈਰੀਫਿਕੇਸ਼ਨ? ਹਾਂ ਕਰਾਇਆ ਹੈ ਬਾਈ। ਹਾਂ ਉਹ ਵੀ ਉਹ ਵੀ ਉੱਥੇ ਤਾਂ ਹੀ ਤਾਂ ਜਾਣਦਾ ਕੋਈ ਹੈ, ਜਾਣਦੇ ਸਾਰੇ ਜਾਣਦੇ ਯਾਰ। ਇਹ ਜਦੇ ਦਾ ਕਹਿ ਦਿੰਦਾ, ਉਹ ਜਦੇ ਦਾ ਕਹਿੰਦਾ ਰੇਗ ਜਗ੍ਹਾ ਜਾਣਦੇ, ਮੈਨੂੰ ਤਾਂ ਹੀ ਪੁੱਛਿਆ ਵੀ ਪੁਲਿਸ ਵਾਲਾ ਜਾਣਦਾ ਤਾਂ। ਕੱਲ ਆਪੇ ਆ ਕੇ ਕਹਿੰਦਾ ਡਰ ਜਾਣੇ ਰਾਜੂ ਬਾਈ ਨੂੰ ਮਿਲਾਇਓ ਕਰਾ ਚਾਹ ਦੇ ਦੇ ਆ ਵੀ ਆ ਜਾਓ ਵੀ ਆ ਜਾਓ ਫੜਾ ਤੂੰ ਸਾੜੀ ਵੀ। ਬਸ ਮੈਂ ਬੰਦ ਕਰ ਲਈ ਵੀਡੀਓ ਵੀ ਕਾਨੂੰ ਵੀ ਪੁਲਿਸ ਚ ਵੀ ਜਦ ਬੰਦਾ ਆ ਕਹਿੰਦਾ ਬਣਾ ਮੈਂ ਮੇਰੀ ਬਣਾਓ। ਅੱਜ ਉਰੀ ਆਇਆ ਤਾਂ ਬਾਈ ਮੈਂ ਨਾ ਉੱਥੇ ਗਈ ਸਾਰੀ ਠੀਕ। ਅਮਨਦੀਪ ਰਹਿ ਗਿਆ ਇੱਕ ਇਕੱਲਾ, ਉਹ ਪਤਾ ਨਹੀਂ ਗਿਆ, ਸਾਰਿਆਂ ਦੇ ਹੋ ਗਿਆ ਡਿਊਟੀ ਪਰ, ਹੋ ਗਿਆ ਉਹ ਡਿਊਟੀ ਪਰ ਤਾਂ, ਉਹ ਉਧਰ ਤਾਂ ਡਿਊਟੀ ਆ। ਕੱਲ ਨੂੰ ਕਰਾਇਆ ਉਹ, ਕੱਲ ਨੂੰ ਕਰਾਇਆ ਉਹ। ਤੁਹਾਨੂੰ ਕਿਹਾ ਜਾਏਗਾ ਤਾਂ ਪਰਸੋਂ ਰਾਜਾ ਕਹਿੰਦਾ ਅੱਜੇ ਅੱਜੇ, ਮੈਂ ਕਿਹਾ ਵੀ ਇਕੱਠੇ ਮੈਂ ਕਿਹਾ ਮੈਂ ਇਕੱਠੇ ਚੱਲੋ ਮਾਰ ਰਹੀ ਉਹ ਬਾਈ ਪਤਾ ਮੈਂ ਦੇਖ ਜਾਣਾ ਤੇ ਇਕੱਠੀ ਤੋਂ। ਉਹ ਕਹਿੰਦਾ ਵੀਰ ਯਾਰ ਵੀ ਸਾਨੂੰ ਡੀਐਸਪੀ ਦਫ਼ਤਰ ਤੇ ਫੋਨ ਆਈ ਜਾਂਦਾ ਵੀ ਵੈਰੀਫਿਕੇਸ਼ਨ ਭੇਜੋ ਸਾਡੇ ਕੋਲ, ਕਹਿੰਦਾ ਚਾਹੇ ਪੰਜ ਛੇ ਕਹਿੰਦਾ ਸਾਡੀ ਵੀ ਡਿਊਟੀ ਹੈ ਉਹ ਕੰਮ ਨਵੇੜਨਾ ਹੁੰਦਾ ਯਾਰ ਰੋਜ਼ ਦੀ ਰੋਜ਼ ਦਾ ਨਾ ਵਧੀਆ। ਮੈਂ ਕਹਿ ਲਵਾਂ ਇਕੱਠਾ ਜੀ ਕਹਿੰਦਾ ਸਾਡੀ ਵੀ ਵੱਧ ਹੋ ਜਾਣੀ ਸੀ ਉਹੀ, ਕਹਿੰਦਾ ਸਾਡੀ ਵੀ ਮਜ਼ਬੂਰੀ ਅੱਜ ਅਸੀਂ ਮੱਥਾ ਵੀ ਟੇਕ ਕੇ ਉੱਠ ਚੁੱਕਾ ਸਾਹਿਬ। ਇਹ ਵੀ ਤਾਂ ਹੈਗਾ ਭਾਈ 10 ਮਿੰਟ ਸਾਡੇ ਅੱਗੇ ਲੰਗਰ ਛੱਕ ਕੇ ਫੇਰ ਆਏ ਘਰਾਂ ਵਾਲੇ ਬੂਟੇ ਲੈ ਆਏ ਜੀ ਇੱਕ। ਹਾਂ ਰਾਜੂ ਤੇ ਬੂਟੇ ਵੀ ਲੈ ਆਏ ਅਸੀਂ ਇੱਕ, ਮੈਂ ਬਰੂਦਾਂ ਦਾ ਲੈ ਆਇਆ ਕਾਪ ਬਰੂਦਾਂ ਵੀ ਉਧਰ ਆਏ ਵੇ ਤਾਂ ਕਿਹੜੇ, ਮੈਂ ਉੱਥੇ ਤੇ ਲੈ ਆਇਆ ਵਾ ਇਹ ਹਰ ਬੂਟੇ ਉਰੇ ਵਾਲੇ ਫਿਰ ਲੱਤੇ ਨਰਸ ਜੂ ਲੈ ਕੇ ਆਖੇ ਵਿਆਹ ਲਾਉਣੇ ਆ, ਮੈਂ ਕਿਹਾ ਮੀਂਹ ਪੈ ਜਾਣ ਦੋ ਬਾ, ਮੀਂਹ ਪੈ ਗਿਆ ਲਾ ਦੇਣੇ ਆਪਾਂ। ਹਾਂ ਮੈਂ ਨਿੰਮ ਪਾਲਦਾ ਤਾਂ ਨਿੰਮ ਮਿਲੀ ਉਹਨੂੰ, ਹੋਰ ਕਿਆ ਪ੍ਰਧਾਨ ਦੇ ਘਰ ਹੀ ਪਏ ਆ ਹੁਣ, ਨਿੰਮ ਲੈ ਕੇ ਆਉਂਗੇ ਨਿੰਮ ਰੋਪੜ ਤੇ ਲੈ ਕੇ ਆਉਂਗਾ। ਦੋ ਦਿਨ ਬੂਟੇ ਛਾਵਾਂ ਵਾਲੇ ਉੱਥੇ ਵੀ ਰੱਖੇ ਵੀ ਉਹਨਾਂ ਨੇ ਖਾਸ ਰੱਖੇ ਹੋਏ, ਨਹੀਂ ਮੈਂ ਨਿੰਮਾਂ ਹੀ ਲਾਉਣੀ ਆ ਮੋਟਰ ਪਰ, ਨਿੰਮ ਵਧੀਆ ਚੀਜ਼ ਆ ਦੋ ਤਿੰਨ ਜਿੱਥੇ ਨੱਕੇ ਆ ਨਾ ਨੱਕਿਆਂ ਤੋਂ ਥੋੜੀ ਥੋੜੀ ਦੂਰ ਨਿੰਮਾਂ ਲਾ ਦੇਣੀਆਂ, ਕਦੇ ਬੈਠ ਹੋ ਜਾਂਦਾ ਸ਼ਾਮ 'ਚ ਉਹ ਤਾਂ ਸਾਡੇ ਉੱਥੇ ਵੀ ਲੱਗ ਗਿਆ ਟਰੈਕਟਰ ਲੈ ਕੇ ਇੱਧਰ। ਨਹੀਂ ਬਾਈ ਦੇਖਿਆ ਨਹੀਂ, ਲੰਘ ਗਿਆ ਹੋਣਾ ਤੂੰ ਤਾਂ ਉੱਥੇ 20 ਦਰਖਤ ਲੱਗੇ ਹੋਏ ਮੋਟਰ ਪਰ, ਉਹਨੂੰ ਚੱਲ ਟਰੈਕਟਰ ਛੱਡਣ ਆਉਂਦਾ ਹਰ ਕੀ ਤਰ੍ਹਾਂ ਦਾ। ਅੱਛਾ ਫਿਰ ਇੱਦਾਂ ਥੋੜ੍ਹਾ ਜਾਣਾ ਹੋਣਾ, ਉਹ ਤਾਂ ਉਹਨੂੰ ਇੱਦਾਂ ਲੰਘਣਾ ਹੋਣਾ। ਤੈਨੂੰ ਕਹਿੰਦਾ ਮੈਂ, ਤੂੰ ਉੱਧਰ ਖੜਾ ਦਾ ਮੋਟਰ ਪਰ ਜਾ, ਜਾਂ ਮੈਂ ਐਂ ਲਿਖਿਆ ਹੁਣ ਮੈਨੂੰ ਨਹੀਂ ਦਿਖਿਆ, ਮੈਂ ਕਿਹਾ ਫੀਡ ਚੱਕਣ ਮੈਨੂੰ ਨਹੀਂ ਮਿਲਿਆ। ਇੱਕ ਕੱਲ੍ਹ ਕਹਾਣੀ ਕਢਾਈ ਸੀ ਪਰਸੋਂ, ਉਹ ਪਈ ਆ ਸੂਰ ਤੇਰੀ ਆਹ ਕਿਆ ਕਹਿੰਦੇ ਨੂੰ ਸਰੋਂ ਦੀ ਖਾਲ, ਮੈਂ ਇਹਨੂੰ ਪੀ ਦੇ ਪਿੱਛੇ ਰਲ ਜਾਂਦੀ ਫਿਰ। ਹਾਂ ਵਿੱਚ ਠੀਕ ਨਹੀਂ ਕਰ, ਲੈਡ ਦੇ ਵਿੱਚ ਉਹਦੇ ਵਿੱਚ ਚੂਰੀ ਦੇ ਰਲਾ ਦੇਣੀ, ਕੱਲ ਵੀ ਘੱਟ ਦਾ ਥੈਲਾ ਪਿਆ ਹੋਊਗਾ ਡੈਡ ਦਾ, ਉਹ ਵੀ ਵਿੱਚੇ ਰਲਾ ਦੇਣਾ, ਡੈਡ ਦੇ ਵਿੱਚੇ ਪਈ ਜੀ ਹੁੰਦੀ ਆ ਬਿਲਕੁਲ ਰਲ ਜਾਣਾ ਤਾਂ ਉਹਨੇ, ਉਹ ਨਾ ਕੱਲੀ ਕੱਲੀ ਕੱਢਣੀ ਪੈਂਦੀ ਆ ਵਿੱਚ ਨੂੰ ਨਿਕਲ ਜਾਂਦੀ ਆ, ਉਹਦਾ ਹੱਥ ਨਾਲ ਐਂ ਕੱਢਣੀ ਪੈਂਦੀ ਆ ਡੰਡੇ ਨਾਲ। ਚੱਲ ਉਹਨੂੰ ਕਿਹਾ ਲੱਗਦਾ 5 ਮਿੰਟ ਦਾ ਕੰਮ ਉਹਦਾ, ਨਾ ਹੈ ਤਾਂ 5 ਮਿੰਟ ਦਾ, ਫਿਰ ਖਾਲ ਵਿੱਚ ਰਲ ਜਾਂਦੀ ਆ। ਹੱਥ ਤੇ ਭਈਏ ਪੱਟਾ ਵੱਢਣ ਤਾਂ ਐਂ ਵੱਢਤੀਆਂ, ਉਹ ਤਾਂ ਵਿਹਲੇ ਬੈਠੇ ਤੇ, ਬਾਕੀ ਸਾਰਾ ਲਾਣਾ ਚੱਲ ਗਿਆ ਹੀ ਰਹਿ ਗਏ ਦਿਨ 4-5, ਕਹਿੰਦਾ ਵਿਹਲੇ ਅਸੀਂ, ਮੈਂ ਚੱਲ ਬੱਤਾਂ ਵੱਢ ਸਾਰੇ ਭਈਏ ਚਲੇ ਗਏ ਜਾਣ, ਉਹਨਾਂ ਦਾ ਪਤਾ ਨਹੀਂ ਰਾਸ਼ਨ ਰੂਸ਼ਨ ਦਾ ਜੇ ਕਾਰਡ ਕੂਡ ਬਣਨੇ ਪਤਾ ਨਹੀਂ ਭਾਈ, ਉਹ ਕਾਰਡ ਵੀ ਨਹੀਂ ਬਣਨੇ, ਕਹਿੰਦਾ ਹੁਣ 12 ਬੰਦੇ ਆ ਵਿਹਲੇ ਬੈਠ ਕੇ ਕਰੂਗੇ ਗਿਆ। ਆਹੋ ਉਹ ਵੀ ਐਂ ਕਹਿੰਦਾ ਤੇਰਾ ਦੂਆ ਦੇਵਰਾਜ, ਕਹਿੰਦਾ ਜੇ ਦਿਹਾੜੀ ਚੱਲੀ ਗਈ ਕਹਿੰਦਾ ਤਾਂ ਰਹੂੰਗੇ ਨਹੀਂ ਅਸੀਂ, ਵੀ ਜੇ ਚੱਲ ਜਾਣਾ ਉਹ ਕੰਮੇ ਨਹੀਂ, ਜਦ 3 ਤੇ 4 ਦਿਨ ਹੋ ਗਏ ਤੇ ਵਿਹਲੇ ਬੈਠਿਆਂ ਨੂੰ ਵਿੱਚ ਨੂੰ ਕੰਮ ਨਹੀਂ।
ਉਹ ਅੱਗੇ ਹੁੰਦਾ ਤਾਂ ਕੱਖ ਬਹੁਤ ਹੈ ਸਮਝਿਆ ਅੱਗੇ ਬੱਟਾਂ ਦਾ ਕੱਖ ਨਹੀਂ ਤਾਂ ਮੁੱਕੇ ਕਰਦਾ ਵਿੱਚ ਨਹੀਂ ਤਾਂ ਕੱਖ ਮੁੱਕੇ ਵਿੱਚ ਕੱਖ ਬਹੁਤ ਹੁੰਦਾ ਹੁਣ ਦੁਆਈ ਨਾਲੇ ਨੂੰ ਐ ਜੀ ਸਪਰੇ ਆਉਂਦੀ ਆ ਚਾਹੇ ਸੀਂਗ ਲਾ ਦੇ ਥਲੇ ਨੂੰ ਐ ਜਦੇ ਸੁੱਕ ਜਾਂਦਾ ਨਾ ਬੱਟਾਂ ਪਰ ਰਹਿੰਦਾ ਏ ਨਾ ਖੇਚ ਰਹਿੰਦਾ ਦਵਾਈਆਂ ਹੀ ਜੀਆਂ ਹੁਣ ਕਿਤੇ ਖੇਚ ਕੱਖ ਹੁੰਦਾ ਨਹੀਂ ਹੁੰਦਾ ਅੱਗੇ ਦਾਤੀ ਹੱਥ 'ਚ ਫੜ ਕੱਢ ਕੱਢਦੇ ਫਿਰੀ ਉਹ ਬਾਈ ਬਹੁਤ ਕੱਖ ਕੱਢਿਆ ਖੇਤਾਂ 'ਚੋਂ ਲੈਨੇ ਦੇ ਨਾ ਅੱਜ ਮੈਂ ਕਿੰਨੇ ਤਾਂ ਪਾਣੀ ਖੱਡਦਾ ਬੱਤੀਆਂ ਬਣ ਗਈਆਂ ਕੱਲ੍ਹ ਦਾ ਪੈਪ ਸਾਹਿਬ ਕੱਲ੍ਹ ਤਾਂ ਲਾਈਟ ਨਹੀਂ ਆਈ ਕਿੱਥੇ ਚੱਲੀਆਂ ਹਾਂ ਉਹਦੇ ਤਾਂ ਬੱਤੀ ਆਪਣੀ ਵੇਖ ਉੱਚਾ ਜਾਏ ਜਿਹੜਾ ਦੂਆ ਇੱਧਰਲਾ ਪਾਸਾ ਆਪਣਾ 95 ਹੈ ਉਹਦਾ ਵੀ ਇਹੀ ਹਾਲ ਹੈ ਨਹੀਂ ਪਾਣੀ ਤਾਂ ਮੰਗ ਰਿਹਾ ਗੰਨੇ ਸਾਡੇ ਹੋਰ ਕਰੀਏ ਕਿ ਹੁਣ ਕਹਿੰਦੇ ਪਰ ਅਸੀਂ ਇਹ ਸੋਚਦੇ ਵੀ ਜੇ ਕਿਣੀਆਂ ਪੈ ਲਵੇ ਇੱਕ ਦਿਨ ਕਰਦੇ ਨੂੰ ਕਈ ਦਿਨ ਹੋ ਗਏ ਹੁਣ ਮੈਂ ਵੀ ਸੋਚਿਆ ਸੀ ਕਿ ਇੱਥੇ 14 ਬੰਦੇ ਸੀ ਮਾਸਣਾ ਦੇ ਮੌਜਲੀ ਪਰ ਪਰਸੋਂ ਕਹਿ ਕੇ 1.5 ਕਿਲੋ ਬੂਟਿਆਂ ਦਾ ਪਟਾਇਆ ਤਾ ਬਾਈ ਰਾਜੂ ਬਾਈ ਵਾਂਗੂ ਆਹੋ ਕਹਿੰਦੇ ਤਿਆਰ ਕਰ ਦਿਓ ਅੱਜ ਸ਼ਾਮ ਨੂੰ ਜਾਣਾ ਕੱਲ੍ਹ ਸਾਰੀ ਦਿਹਾੜੀ ਉਹ 7 ਕਿੱਲਾਂ ਤਵੀਆਂ ਨਾਲ ਵਾਧਾ 7 ਕਿੱਲਾਂ ਰੋਟਾਵੇਟਰ ਨਾਲ ਪੱਧਰਾ ਹੀ ਕਰਤਾ ਖੇਤ ਜਾਣੀ ਜੜ ਫਸਦੀ ਰੋਟਾਵੇਟਰ 'ਚ ਖੜਾ ਕੇ ਬੈਕ ਗੇਅਰ ਪਾ ਕੇ ਕੱਢ ਲੂੰਗੇ ਠੀਕ ਹੈ ਸਵੇਰੀ ਆਏ ਲਾ ਕੇ ਸਾਰੇ ਬੈਗ ਪਾਈ ਬੈਠੇ ਆ ਉਹਦੇ 'ਚ ਲਾ ਕੇ ਸਾਡਾ ਬੰਦਾ ਪਹੁੰਚ ਗਿਆ ਆਇਆ ਤੇਰੇ ਯਾਰ ਦਿੱਲੀ ਵਿੱਚ ਆਇਆ ਆਏ ਜਾ ਚੋ ਬਾਰਡਰ ਵਾਲੇ ਰਿਸ਼ਤੇਦਾਰ ਆਏ ਤੇ ਕਹਿੰਦਾ ਦੱਸਤਾ ਵੀ 4 ਤਰੀਕ ਨੂੰ ਆ ਰਹੇ ਜੇ ਦਿੱਲੀ ਰੁੱਸ ਕੇ ਨਾ ਟਰਾਲਾ ਹੋ ਰਹੀ ਆ ਸਾਰੀ ਤੇਰੇ ਵਾਂਗੂ ਜਾਊਗਾ ਫੋਨ ਹੀ ਆਪਣੇ ਟਰਾਲੀ ਦੀ ਰਾਖੀ ਕਰੂੰਗਾ ਹੁਣ ਜੇ ਪਾਸਪੋਰਟ ਹੁੰਦਾ ਤੈਨੂੰ ਕਹਿ ਰਹੇ ਸੀ ਕਹਾ ਘੁਮਾ ਜਾਂਦਾ ਹੀ ਨਹੀਂ ਕਿਤੇ ਇਹਨੂੰ ਕਿੱਥੇ ਨੂੰ ਮਰਜ਼ੀ ਲੈ ਜਾਣੇ ਹੇਮਕੋਟ ਨੂੰ ਜ਼ੋਰ ਲਾ ਹਟੇ ਦੇਖ ਲੈ ਜਾ ਤੂੰ ਅੱਜ ਸੰਗਰਾਂਦ ਤੇ ਅਨੰਦਪੁਰ ਗਿਆ ਹੋਣਾ ਅੱਜ ਅੱਛਾ ਅਨੰਦਪੁਰ ਸਾਹਿਬ ਤਾਂ ਠੀਕ ਆ ਅਨੰਦ ਉਹ ਤਾਂ ਲੋਕਲ ਆ ਮਾੜਾ ਮੋੜਾ ਦੂਰ ਵੀ ਘੁੰਮਿਆ ਆਏ ਕਰਕੇ ਤੇ ਘੁਮਾ ਲਿਆਉਣਾ ਇਹਨੂੰ ਹੁਣ ਡੇਰਾ ਬਣਾ ਕੇ ਚੱਲਿਆ ਹੁਣ ਇਹ ਅੱਗੇ ਵੀ ਆਇਆ ਇਹ ਠੀਕ ਹੈ ਘੁੰਮਣਾ ਵਿਹਲੇ ਦਿੱਲੀ ਕਿਤੇ ਵਿਹਲਾ ਹੋ ਜੂ ਯਾਰ ਪੁੱਛ ਲੈ ਮੇਰੇ ਕੋਲ ਰੋਜ਼ ਖੜਦਾ ਖੜਦਾ
ਕਿੰਨੇ ਸਾਲ ਦਾ ਵਾਲੀ ਕਿਹੜੇ ਸਾਲ ਦਾ 91 ਦਾ ਜਿਹੜਾ ਹਲੇ ਪਿੱਛੇ ਵਾਲਾ 8 ਵਾਲਾ ਬੰਦਾ ਉਹ ਛੜਾ ਕਹਿੰਦਾ ਤੂੰ 32 ਸਾਲ ਦਾ ਹੋ ਗਿਆ ਜਿਹੜਾ 8 ਵਾਲਾ ਬੰਦਾ ਉਹ ਛੜਾ ਹੋ ਜਾਂਦਾ ਭਾਈ 40-45 ਸਾਲ ਥਾਈ ਕੋਈ ਛੜਾ ਨਹੀਂ ਹੈਗਾ ਉਹ ਛੜਾ 70 ਸਾਲ ਤੱਕ ਵੀ ਨਹੀਂ ਮੰਨਦਾ ਬੰਦਾ ਪਰ ਉਮਰ ਦਾ ਮੰਨਦਾ ਨਹੀਂ ਤਾਂ ਹੋ ਜਾਂਦਾ ਉਮਰ ਹੁੰਦੀ ਕੋਈ ਜਿਆਦਾ ਪੱਕਾ ਗੜ ਵੀ ਜਾਂਦਾ ਫਿਰ ਫਲ ਦਾੜ ਦੇ ਗਿਰਦਾ ਉੱਪਰ ਤੇ ਫਿਰ ਦਾੜ ਦੇ ਕਿਸੇ ਦਾ ਭੜਾਕਾ ਪੈ ਜਾਂਦਾ ਅੰਬ ਤੋਂ ਹੋਰ ਵੀ ਹੈ ਦਿੱਲੀ ਇਹਨੂੰ ਵੀ ਹੌਸਲਾ ਮੇਰੇ ਤੇ ਬੜਾ ਬੈਠਾ ਹੈ ਦੇਖਦਾ ਨੀ ਹੁਣ ਗੱਲੇ ਇਹੀ ਕਰਤੀ ਮਨ ਤੋੜ ਤਾ ਮਨ ਨਹੀਂ ਤੋੜੇ ਇਹਨੂੰ ਐਕਟਿਵ ਕਰਿਆ ਬਈ ਐਕਟਿਵ ਰਹਿਣਾ ਉਮੀਦ ਨਹੀਂ ਛੱਡਣੀ ਹੈ ਕਿ ਦਿੱਲੀ ਕੁਝ ਵੀ ਹੋ ਜਾਵੇ ਯਾਰ ਜਿਹੜੀ ਕਰਮਾਂ ਚ ਲਿਖੀ ਹੈ ਕਦੇ ਤਾਂ ਮਿਲੂਗੀ ਉਹ ਚੱਲ ਭਾਈ ਤੇਰੀ ਮਰਜ਼ੀ ਆ ਚਲੋ ਭਾਈ ਦਿੱਲੀ ਖੁਸ਼ ਚਾਹੀਦਾ ਖੁਸ਼ੀ ਹੈ ਕੰਮ ਬਹੁਤ ਕਰਦਾ ਗੰਜ ਪੈਂਦੀ ਉਰੇ ਤੇ ਸਾਹਮਣੇ ਤੇ ਉਹਨਾਂ ਦੇ ਪੈਸਾ ਸਾਨੂੰ ਪਤਾ ਲੱਗੀ ਜਾਂਦੇ ਪੈਸੇ ਪੈਸੇ ਹੈਗੇ ਆ ਇਹਦੇ ਅੰਦਰ ਪਈ ਪਤਾ ਹੀ ਨਹੀਂ ਕਿੰਨੇ ਬੰਮੇ ਦੇਖ ਲੈ ਬੰਮੇ ਬੰਦੇ ਦਾ ਕਿੰਨੀ ਗੰਜ ਮਾਸ ਨਾਲ ਵਧਦਾ ਵੀਰੇ ਬੰਮਾ ਦੋ ਤਿੰਨ ਹੋਰ ਬੰਦੇ ਹੋ ਗਏ ਅਨੰਦਪੁਰ ਥੋੜੋ ਕੱਟਣੀ ਰਾਤ ਉੱਥੇ ਮੈਂ ਦੱਸਦਾ ਵਾ ਦਿੱਲੀ ਸਾਡੇ ਕੋਲ ਛੱਡਣਾ ਕਹਿੰਦੇ ਬਸ ਠੀਕ ਹੈ
ਮੈਂ ਸਾਡੇ ਕਹਿ ਲਿਆ ਆਈ ਆ ਹੈ ਸਵੰਤ ਆਈ ਆ ਉਹ ਮੈਂ ਉੱਠੀ ਦੇ ਆਇਆ ਉੱਥੇ ਮੈਂ ਰਾਤ ਕੱਟ ਹੁਣ ਆਏ ਅੱਜ ਗਏ ਆ ਉਹ ਮੇਰੇ ਕੋਲ ਤੇ ਅੱਛਾ ਫਿਰ ਦੱਸਾਂ ਹੀ ਤਾਂ ਸਾਰੇ ਪੰਜਾਬ ਮੈਂ ਜਿੱਥੇ ਮਰਜ਼ੀ ਜਾ ਤੇਰੇ ਦਾ ਕੰਟੈਕਟ ਹੈਗਾ ਫੇਰ ਉਹੀ ਗੱਲ ਉੱਥੇ ਘੁਮਾ ਕੇ ਲਿਆਉਂਦੇ ਆ ਬੰਦਾ ਦਲੇਰ ਹੈ ਜੇ ਬਿੱਲੂ ਦੀ ਦੁਕਾਨ ਤੇ ਖੜਾ ਹੈ ਅਸੀਂ ਵੀ ਆ ਚਾਹੇ ਇਹ ਚਾਹੇ ਹੋ ਆ ਇਹਨੇ ਲੜਨ ਲੱਗੇ ਨੇ ਕਿਸੇ ਕੈਂਟ ਲਾਉਣਾ ਸ਼ਾਂਤ ਹੈ ਹੀਰਾ ਬੰਦਾ ਹੀਰਾ ਵੱਧ ਵੱਧ ਇਹ ਤਿੰਨ ਦਿਨ ਗੁੱਸੇ ਰਹੂੰਗਾ ਬਸ ਚੌਥੇ ਦਿਨ ਵੀ ਜੱਫੀ ਵਾਲਾ ਖੁਸ਼ ਆ ਕਿਹੜੇ ਪਰਸੋਂ ਨੂੰ ਕਹਿੰਦੇ ਭਾਈ ਲਾਉਣੇ ਨੂੰ ਉਹ ਕਿਹੜੇ ਆਹੀ ਨਿੱਤਰ ਵਾਲੇ ਬਾਹਰ ਰੂਟਾਵੇਟਰ ਫੇਰ ਦੇਖਣਾ ਹੀ ਰੂਟਾਵੇਟਰ ਕਾਹਨੂੰ ਫੇਰਨੇ ਯਾਰ ਬਸ ਠੀਕ ਹੈ ਰੇਜਰ ਪਕੜਾ ਹੋ ਜਾਣਾ ਮੇਰੇ ਹੋ ਰਿਹਾ ਉਦੋਂ ਕਹਿੰਦੇ ਰੇਜਰ ਰੂਟਾਵੇਟਰ ਪਤਲਾ ਬਸ ਪਤਲਾ ਪਤਲਾ ਮੈਂ ਕੀ ਕਰ ਰਿਹਾ ਹਾਂ ਮਸਲਾ ਤਾਂ ਲੇਜ਼ਰ ਫੜਾਤਾ ਕੱਲਾ ਲੇਜ਼ਰ ਕਿਹੜਾ ਹੋ ਜਾਣਾ ਮਾੜਾ ਮਾੜਾ ਫੇਰ ਪਿਆ ਬਾਲਾ ਪੈਣਾ ਐਨ ਮਾੜਾ ਮਾੜਾ ਫੇਰ ਸੁੱਕੇ ਜੇ ਫੇਰ ਦਵਾਂ ਸੁੱਕੇ ਜੇ ਫੇਰ ਕੇ ਪਾਣੀ ਛੱਡ ਦੇ ਮੇਰੀ ਰਾਏ ਵਿੱਚ ਫੇਰ ਨਾ ਫਿਰ ਉਹਨੂੰ ਗਿੱਲੇ ਜੇ ਫੇਰ ਨਹੀਂ 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 ਗਿੱਲੇ ਜੇ ਬੰਦ ਕਰੂੰਗਾ ਉੱਚਾ ਨੀਵਾ ਕਰ ਦੇਣਾ ਉਹਨੇ ਫਸੂਗਾ ਵੀ ਫਸੂਗਾ ਵੀ ਸੁੱਕੇ ਬਕਾ ਦੇ ਜੇ ਵੀ ਜ਼ਿਆਦਾ ਜੇ ਰੂਟਾਵੇਟਰ ਨਹੀਂ ਲਵੇਣਾ ਹਲ ਫੇਰ ਕੇ ਸੁਆਗਾ ਮਾਰ ਦੇ ਦੀਦੀ ਕਹਾਂ ਸੁਣ ਲੈ ਸੁੱਕੇ ਵੀ ਨਾ ਅਜੇ ਕੱਢਣਾ ਹੋਣਾ ਹੈਗਾ ਟਰੈਕਟਰ ਲਾਵੇਂ ਤੋਂ ਉੱਤੇ ਸਾਡੇ ਕੋਲ ਹੈਗੇ ਦਿੱਲੀ ਤੂੰ ਨਾ ਲਈ ਜੇ ਤਿੰਨ ਚਾਰ ਆ ਤਾਂ ਕਹਿੰਦਾ ਆ ਦੇਖ ਇੰਨਾ ਕੇ ਜ਼ੋਰ ਚਾਹੀਦਾ ਇੰਨਾ ਕੇ ਜ਼ੋਰ ਲਾਉਣਾ ਸੀ ਮੇਰੀ ਗੱਲ ਸੁਣ ਲਾ ਚੋਦਾ ਤਾਂ ਲਾਊਗਾ ਇਹ ਪਾਲਟੀ ਬਾਅਦ ਚੋਂ ਪਹਿਲਾਂ ਜ਼ੋਰ ਲਗੂਗਾ ਜੇ ਨਾ ਨਿਕਲੇ ਫਿਰ ਪਾਲਟੀ ਕਾਹਦੀ ਯਾਰ ਕੁਝ ਨਾ ਕਰ ਵੀ ਮੈਂ ਇੱਕ ਨਹੀਂ ਹੋਇਆ ਉਹਨੂੰ ਕਹਿੰਦਾ ਰੈਟ ਕੱਢਣਾ ਮੈਂ ਮੇਰੀ ਗੱਲ ਸੁਣਨਾ ਰੈਟ ਤਾਂ ਕੱਢੂ ਮੈਂ ਨਾਲ ਪਾਰਟੀ ਕਰੋ ਕਰੀ ਕਰੀ ਬਹੁਤਾ ਤਿੰਨ ਲਏ ਫਿਰ ਦੇਖੋ ਉਹਨੇ ਵੀ ਠੰਡੇ ਦੀਆਂ ਛੇ ਦਾ ਰੈਟ ਨਾ ਕੱਢਦਾ ਤਾਂ ਛੇ ਦਾ ਰੈਟ ਨਾ ਕੱਢਿਆ ਇਸ ਸਾਲਾ ਕੈਰੈਕਟਰ ਦਾ ਨਾਲ ਜਾਦਾ ਕਿੱਥੇ ਉਹ ਜਿਹੜਾ ਕਹਿੰਦਾ ਉਧਰ ਹਾਂ ਭੈਣ ਉੱਥੇ ਜ਼ੋਰ ਮਾਰ ਲਿਆ ਬਾਈ ਦਿੱਲੀ ਆਇਆ ਮੈਂ ਕਿਹਾ ਮਿੰਟ ਦੋ ਲੈ ਦਿੱਲੀ ਪਤਾ ਨੀ ਕਿਆ ਤਕਨੀਕ ਵਰਤੀ ਕਿਆ ਨਹੀਂ ਵਰਤੀ ਦਿੱਲੀ ਦੀ ਸੁਣ ਲਾ ਦਿੱਲੀ ਲੱਗਿਆ ਫੋਰਮੈਨ ਨੂੰ ਰੋਜਨ ਪਾਉਣ ਫੋਰਮੈਨ ਨੂੰ ਪਾ ਲਿਆ ਮੂਹਰੇ ਬਿੰਦਰ ਦਾ ਡੈਡੀ ਬਾਪੂ ਗਾਹਾਂ ਦਿੱਲੀ ਉਹਦੇ ਪਿੱਛੇ ਫੋਰਮੈਨ ਬਾਈ ਲਵੋਗੇ ਤਿੰਨੇ ਰੇਡੀ ਸਟੇਡੀ ਕਹਿੰਦੇ ਵੀ ਚੱਲਣਾ ਫੋਰਮੈਨ ਕਰ ਟਰੈਕਟਰ ਵਿੱਚ ਚੜਿਆ ਕਰਦਾ ਉਹਨੇ ਮਾਰਿਆ ਝੂਟਾ ਉਹਨੇ ਮੱਥਾ ਉਹਦਾ ਸਵੇਰੇ ਕਿਉਂ ਮਾਰਿਆ ਉਹਨੂੰ ਮੱਥਾ ਵੀ ਨਹੀਂ ਮੱਥਾ ਵੀ ਨਿਕਲਦਾ ਤੋੜ ਲੈਣ ਉਹ ਯਾਰ ਮੱਥਾ ਟੇਕਦਾ ਹੀ ਰਹਿ ਗਿਆ ਫੋਰਮੈਨ ਕਹਿੰਦੇ ਉਹਨੂੰ ਝੂਟਾ ਮਾਰ ਕੇ ਸਾਰਾ ਹਿਲਾ ਕੇ ਸੁੱਟਤਾ ਉਹ ਕਹਿੰਦਾ ਤੈਨੂੰ ਕਿਆ ਹੋ ਗਿਆ ਕਹਿੰਦਾ ਕੁਛ ਨਹੀਂ ਹੋਇਆ ਚੱਲ ਹੁਣ ਕਹਿੰਦਾ ਇੱਕ ਬੰਦਾ ਹੀ ਰਹਿ ਗਿਆ ਹੁੰਦਾ ਨਾ ਇੱਕ ਰਹਿ ਗਿਆ ਇੱਕੇ ਰਹਿ ਗਿਆ ਬਾਕੀ ਸਾਰਾ ਲਾਉ ਕਹਿੰਦਾ ਅਮਨ ਦੀ ਫਰਾਈ ਹੋ ਜਾਣਾ ਜੇ ਨਾ ਹੋਇਆ ਉਹ ਤਾਂ ਵੀ ਆ ਜਾਣਾ ਹੁਣ ਕਹਿੰਦੇ ਨੇ ਬੋਲ ਰਿਹਾ ਉਹ
ਤੈਨੂੰ ਕਹਿ ਤੈਨੂੰ ਹਫ਼ਤਾ ਦੇਣਾ ਬੜਾ ਗੱਡੀ ਉਡਾ ਕੇ ਤੈਨੂੰ ਕਹਿੰਦੇ ਕਿੰਨਾ ਤੂੰ ਟੱਪਕੇ ਦਿਖਾਤੀ ਹੋਰ ਪਾਸੇ ਨੂੰ ਜਿਹੜਾ ਐਡ ਆਉਂਦੀ ਹੁੰਦੀ ਆ ਕਿਤੇ ਇੱਧਰ ਛਾਲ ਮਾਰਦੇ ਕਿਤੇ ਇੱਧਰ ਮਾਰਦੇ ਕਹਿੰਦੇ ਇੱਥੇ ਮਾਰ ਕੇ ਦਿਖਾਓ ਲੈਂਦਾ ਤਾਂ ਬਹੁਤ ਪੰਗਾ ਆਪਣਾ ਆਧਾਰ ਕਾਰਡ ਵਿੱਚ ਦੋ ਹੋਰ ਦੇ ਲਾਏ ਵੇ ਜਿਹਦੀ ਗਵਾਹੀ ਉਹਦੇ ਆਈ ਲਈ ਉਹਦੇ ਜਿਹੜਾ ਵਾਜੀ ਜੀ ਬੋਮ ਹੈਗੇ ਇਹ ਤਾਂ ਫੇ ਹੈ ਉਹ ਡਾਕੂਮੈਂਟ ਜਿਹਦੀ ਗਵਾਹੀ ਭਰੀ ਉਹਦਾ ਆਧਾਰ ਕਾਰਡ ਲਾਓ ਤੁਸੀਂ ਬਾਹਰ ਨੱਠ ਭੱਜ ਬੈ ਜਾਂਦਾ ਬੰਦਾ ਉੱਥੇ ਤੇ ਸਾਰੇ ਪੇਪਰ ਇੱਕ ਜਗ੍ਹਾ ਯਾਰ ਤੂੰ ਆਪਣੇ ਪੇਪਰ ਖੁਦ ਪੈਰੂਏ ਕਰ ਕਿਸੇ ਤੇ ਤੈਂ ਕੀ ਲੈਣਾ ਪਿਛਲੀ ਵਾਰ ਮੈਂ ਭਰੇ ਕੱਲੇ ਨੇ ਸਾਰਿਆਂ ਦੇ ਆਧਾਰ ਕਾਰਡ ਭਰ ਕੇ ਲਾਓ ਯਾਰ ਤੂੰ ਤਾਂ ਪੜ੍ਹੇ ਲਿਖੇ ਤਾਂ ਚਲੋ ਮੰਨਿਆ ਨਹੀਂ ਪੜ੍ਹਿਆ ਹੋਰ ਹੈ ਮੁਲਾਜ਼ਮ ਜਿਹੜੇ ਬੈਠੇ ਇੰਨੀ ਗਰਮੀ ਸੀ ਬਾਈ ਜਿਹੜੇ ਮੁਲਾਜ਼ਮ ਬੈਠੇ ਉੱਥੇ ਠਾਣਿਆਂ ਮਾਰ ਉਹ ਬੈਠੇ ਆ ਉਹ ਧੰਨਦੇ ਆ ਮੈਂ ਕਹਿੰਦਾ ਹੁਣ ਮੌਸਮ ਹੁਣ ਵੀ ਮੌਸਮ ਹੈ ਯਾਰ ਐਦਾਂ ਘੰਟਾ ਗਏ ਅਸੀਂ ਮਰਨੇ ਵਾਲੇ ਹੋ ਗਏ ਹਵਾ ਚੱਲੀ ਆ ਹੁਣ ਫਰਕ ਪੈ ਵਾਲਾ ਕੰਮ ਇੱਕ ਦਿਨ ਮਾਰਦੇ ਜੱਲੇ ਨਾਲੇ ਤਾਂ ਆਵਾ ਆਈ ਮੜੀ ਮੁੱਟੀ ਪਰ ਇੰਨੀ ਗਰਮੀ ਸੀ ਹੋਰ ਗੋਲਾ ਘਰ ਚੱਲੇ ਚਮਕੌਰ ਨੂੰ ਗੋਲਾ ਦੇਵ ਦਾ ਡੈਡੀ ਦੇ ਮੰਮੀ ਗਏ ਰੋਪੜ ਨੂੰ ਕਹਿੰਦੇ ਖਾਇਆ ਬਾਅਦ ਮੀਂਹ ਪੈਂਦਾ ਖਾ ਲਾ ਕਹਿੰਦੇ ਪੱਖੇ ਪੁੱਖੇ ਅੰਦਰ ਕਰਦੇ ਕਹਿੰਦਾ ਮੈਂ ਕਿਹਾ ਇੱਥੇ ਤਾਂ ਕੋਠੇ ਜੋੜ ਲੱਗ ਗਏ ਪਾਣੀ ਨਾਲੇ ਉੱਥੇ ਗੁਰਦੁਆਰੇ ਬਹੁਤ ਘੁੰਮਣ ਨੂੰ ਹਨਾ ਆ ਜਾ ਗਿਆ ਪਿਛਲੀ ਵਾਰ ਉੱਥੇ ਮੈਂ ਸਾਡੇ ਕਿਉਂ ਗਿਆ ਆਪਾਂ ਕਈ ਗੁਰਦੁਆਰੇ ਉੱਥੇ ਮੇਰਾ ਤਾਂ ਬਾਪ ਐਕਸਪਾਇਰ ਹੋਇਆ ਵਾ ਨਾ
ਉੱਥੇ ਰਾਤ ਰਹਿਣ ਵਾਲੀ ਸੰਗਤ ਇੰਨੀ ਹੁੰਦੀ ਨੀ ਕਿਉਂਕਿ ਸੰਗਤ ਲੋਕਲ ਆਉਂਦੀ ਹੈ ਸਵੇਰੇ ਜਾਣਾ ਸ਼ਾਮ ਨੂੰ ਆਪਣਾ ਮੁੜਿਆ ਆਉਂਦਾ ਉਹ ਕਹਿੰਦੇ ਵੀ ਸਾਨੂੰ ਸਾਡੇ ਚਰਨ ਪੈ ਜਾਣ ਰੋਟੀ ਪਾਣੀ ਸਾਡੇ ਕਿੰਨੇ ਸਾਰਾ ਕੁਝ ਹੋਣਾ ਬੜੇ ਕੂਲਰ ਪਲਾਸਟਿਕ ਵਾਲੇ ਕਹਿੰਦੇ ਅਸੀਂ ਲਿਆਂਦੇ ਵੇ ਆ ਤੂੰ ਕਿਤੇ ਬਾਹਰ ਚ ਲੈ ਜਾਈ ਜਾ ਕੇ ਨਾ ਜੇ ਤੂੰ ਹੁਣ ਸ਼ਹਿਰ ਦੱਸਣਾ ਵੀ ਜੇ ਤੈਨੂੰ ਕੋਈ ਪੁੱਛੂਗਾ ਕਿੱਥੇ ਤੇ ਆਇਆ ਜੇ ਤਾਂ ਤੂੰ ਕਹਿ ਰੋਪੜ ਤੇ ਇਹ ਗੱਲ ਹੋਰ ਹੈ ਜੇ ਤਾਂ ਕਹਿੰਦਾ ਮੈਂ ਚਮਕੌਰ ਸਾਹਿਬ ਕੋਲ ਤੇ ਫਿਰ ਦੇਖੀ ਜੇ ਮੈਂ ਕਹਿਣਾ ਆਹ ਗੱਲ ਅਸੀਂ ਉੱਥੇ ਕਹੀ ਸੀ ਜਦ ਸਾਡਾ ਪਹਿਲੇ ਹੀ ਪਾਸਪੋਰਟ ਚੈੱਕ ਹੋਣ ਲੱਗੇ ਨਾ ਕੋਰੀਡੋਰ ਜਾ ਕੇ ਟਰੈਕਟਰ ਪਰ ਗਏ ਉਹਨਾਂ ਨੇ ਪਹਿਲਾਂ ਟਰੈਕਟਰ ਦੇਖ ਕੇ ਕਰਕੇ ਕਹਿੰਦੇ ਆਏ ਕਿੱਥੇ ਦੀ ਸੰਗਤ ਅਸੀਂ ਕਹਿੰਦੇ ਸ੍ਰੀ ਚਮਕੌਰ ਸਾਹਿਬ ਦੇ ਉਹਨਾਂ ਨੇ ਟਰੈਕਟਰ ਨੂੰ ਮੱਥਾ ਟੇਕਿਆ ਤੈਨੂੰ ਉਹੀ ਕਿਹਾ ਚਮਕੌਰ ਸਾਹਿਬ ਦੀ ਗੱਲ ਤਾਂ ਨਹੀਂ ਆ ਕੇ ਉੱਥੇ ਉਹੀ ਥੋੜੋ ਐਡਾ ਇਤਿਹਾਸਿਕ ਗੁਰਦੁਆਰਾ ਆਪਣੇ ਕੋਲ ਆ ਵੀ ਰੋਪੜ ਨੂੰ ਨਾਲ ਚਮਕੌਰ ਸਾਹਿਬ ਕਹੀ ਆ ਹੈ ਵੀ ਚਮਕੌਰ ਸਾਹਿਬ ਆਪਾਂ ਨੂੰ ਕੋਲ ਰੋਪੜ ਦਾ ਆਪਾਂ ਕਿਹੜਾ ਹੈ ਥਾਣਾ ਠੂਣਾ ਸਾਹਿਬ ਕੋਈ ਚਮਕੌਰ ਆ ਉਹ ਇੱਕ ਰੋਪੜ ਜ਼ਿਲ੍ਹਾ ਆਪਣਾ ਚੱਲ ਵੀ ਬਾਈ ਬਹੁਤ ਆ ਉਹਨੂੰ ਬਾਈ ਨੂੰ ਮੈਂ ਫੋਨ ਕਰਕੇ ਟਿਆ ਉਹਦਾ ਨੰਬਰ ਭੇਜਿਆ ਆਪਾਂ ਕੋ ਗੁਰਦੁਆਰੇ ਦੇ ਲੈ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਕੋਲ ਆਨੰਦਪੁਰ ਸਾਹਿਬ ਸਾਰੇ ਆਪਣੇ ਕੋਲ ਇਤਿਹਾਸਿਕ ਗੁਰਦੁਆਰੇ ਪੱਠਾ ਸਾਹਿਬ ਸਾਰੇ ਸਾਰੇ ਗੁਰੂਆਂ ਦੇ ਚਰਨ ਪਏ ਹੋਏ ਆ ਧਰਤੀ ਤੇ ਹੈ ਕਿ ਨਹੀਂ ਸਾਰੇ ਗੁਰਦੁਆਰੇ ਆਪਣੇ ਨਾਗ ਬਾਹਰ ਦੇ ਹੁਣ ਸ੍ਰੀ ਚਮਕੌਰ ਸਾਹਿਬ ਜੰਗ ਹੋਈ ਸੀ ਇੱਥੇ ਤੱਕ ਤਾਂ ਉਰੇ ਤੱਕ ਉਹ ਕਿਹੜੇ ਐਂ ਵੀ ਚਮਕੌਰ ਸਾਹਿਬ ਸ਼ਹਿਰ 'ਚ ਹੋਈ ਆ ਆਹੋਲੇ ਏਰੀਆ 'ਚ ਹੋਈ ਆ ਯਾਰ ਕਿਤੇ ਦੂਰ ਤੱਕ ਜੱਦ ਦੇ ਇੱਥੇ ਬਣਾਇਆ ਹੋਇਆ ਆਪਣੇ ਆ 34 ਬਣਿਆ ਹੋਇਆ ਗੁਰਦੁਆਰਾ ਬਹੁਤ ਦੂਰ ਤੱਕ ਜੰਗ ਹੋਈ ਆ ਬਹੁਤ ਦੂਰ ਤੱਕ ਜੰਗ ਹੋਈ ਆ ਹੋਰ ਨਹੀਂ ਐਡੀ ਫੌਜ ਦਾ ਜੰਗ ਹੋਣੀ ਆਏ ਥੋੜੀ ਇੱਕੋ ਜਗ੍ਹਾ ਖੜ ਕੇ ਹੋਣੀ ਨਾਲੇ ਫੌਜ ਜਿਹੜੀ ਗਈ ਇੱਧਰ ਇੱਥੇ ਨੂੰ ਲੱਗ ਕੇ ਗਈ ਆ ਸਾਰਾ ਕੁਝ ਆ ਕੁਝ ਇੱਧਰ ਨੂੰ ਆ ਗਿਆ ਪਰਾਰ ਪਿੰਡ ਦਾ ਜਿਹੜੇ ਕੰਮ ਸਟਾਰਟ ਹੋਇਆ ਇੱਧਰ ਨੂੰ ਵੇਖ ਲੈ ਇੱਧਰ ਫਿਰ ਜੰਗ ਹੁੰਦੀ ਹੋਈ ਸਾਰੀ ਆਹੀ ਸਰਸਾ ਆਪਣੇ ਇੱਥੇ ਸਰਸੇ ਦੇ ਉਹ ਹੋਇਆ ਇੱਧਰ ਨੂੰ ਇੱਥੇ ਸਰਸੇ ਨੂੰ ਪਿਛੜਾ ਪਿਆ ਤਾਂ ਫਤਿਹਗੜ੍ਹ ਸਾਹਿਬ ਮਰਿੰਡਾ ਕੋਤਵਾਲੀ ਗੁਰਦੁਆਰਾ ਸਾਹਿਬ ਸਾਰੇ ਸਭ ਪਈ ਇੱਧਰ ਹੀ ਬਾਈ ਤਾਂ ਹੀ ਬਚਾਓ ਵੀ ਸਾਡੇ ਤਾਂ ਹੀ ਉੱਥੇ ਜਿਹੜੇ ਪਾਣੀ ਪੂਣੀ ਆਉਂਦਾ ਨਾ ਦੇਖ ਲੈ ਕਦੇ ਨੁਕਸਾਨ ਨਹੀਂ ਕਰਨਾ ਕਦੇ ਨੁਕਸਾਨ ਨਹੀਂ ਜਿਹੜੇ ਸਾਹਮਣੇ ਅਸੀਂ ਬੈਠੇ ਆ ਚਾਰੇ ਗੁਰੂ ਪੀਰਾਂ ਦੇ ਚਰਨ ਪਏ ਵੇ ਧਰਤੀ ਪਰ ਬਚਾਅ ਹੋ ਜਾਂਦਾ ਹੈ ਸਰਸੇ ਦਾ ਕੰਮ ਹੈ ਹੋਰ ਫਿਰ ਲੀਹ ਚੁੱਪੇ ਕਰਕੇ ਯਾਰ ਨੀਂਦ ਆਉਣ ਲੱਗੀ ਠੰਡੀ ਹਵਾ ਚ ਹਵਾ ਠੰਡੀ ਚੱਲ ਪਈ ਸਭ ਨੂੰ ਲੋੜਾ ਫਸਾ ਇੱਕ ਵਾਰੀ ਥੋੜਾ ਜਿਹਾ ਪਹਿਲੇ ਦਰਖਤ ਵੀ ਮੰਗਦੇ ਖੱਬਲ ਦਾ ਉਹ ਵੀ ਆਇਆ ਹੋਊਗਾ ਜਿਹੜਾ ਅੱਗ ਲੱਗੀ ਮੀਂਹ ਤੇ ਵਾਧਾ ਮਿਲ ਕੇ ਦੇ ਲਈ ਅਗਲੇ ਸਾਲ ਤੱਕ ਕਹਿਣ ਦਾ ਜਿਹੜੇ ਜਦ ਮੋਟਰ ਪਾਣੀ ਚੱਕਦੀ ਹੈ ਰਾਲਾ ਪੱਤਾ ਤੇਰੇ ਲਾਗ ਉਹ ਮੇਰੇ ਲਾਗ
ਹੁਣ ਪਰਸੋਂ ਦੀ ਮੋਟਰ ਪਾਣੀ ਨੂੰ ਚੱਕਦੀ ਉੱਕਾ ਛੱਡ ਗਈ ਪਾਣੀ ਹੁਣ ਖੜੀ ਆ ਪਾਵਰ ਆਈ ਵੀ ਮੋਟਰ ਖੜੀ ਹੈ ਧਾਨ ਸੁੱਕੇ ਪਏ ਆ ਧਾਨਾਂ 'ਚ ਪਾਣੀ ਹੋਰ ਕਿਆ ਕਰੂਗਾ ਬੰਦਾ ਇੰਨੀ ਛੇਤੀ ਕੋਈ ਵੀ ਨਹੀਂ ਪੱਟੂਣੀ ਹੋਰ ਕੋਈ ਤਾਂ ਪੱਟੂਗਾ ਕੋਈ ਪਹਿਲਾਂ ਹੀ 10-15 ਦਸ ਗਿਆ 12 ਫੁੱਟ ਹੈ ਫਿਰ ਪੱਖਾ ਰਾੜ ਵਾਲਾ ਉਹਨੂੰ ਕਿੱਥੇ ਵਧਾਵਾਂਗਾ ਤੋਂ ਉੱਪਰ ਉਹੀ ਗੱਲ ਹੈ ਇਹ ਤਾਂ ਮਾਲਕ ਨੂੰ ਵੀ ਚਾਹੀਦਾ ਜੇ ਠੇਕਾ ਲੈਣਾ ਉਹਨੇ ਪਰਦਾ ਕਹਿੰਦਾ ਵੀ ਬੋਰ ਕਰਾ ਦੇ ਜਾਂ ਉਹਨੇ ਮਾਲਕ ਨੂੰ ਠੇਕਾ ਲੈਣਾ ਮਾਲਕ ਨੂੰ ਚਾਹੀਦਾ ਵੀ ਬੋਰ ਤਾਂ ਕਰਾ ਕੇ ਦਮਾ ਸਮਾਰਸੀ ਵਾਲਾ ਬੋਰ ਪਾ ਦਿਓ ਪਾਣੀ ਤਾਂ ਨਿਕਲੂ ਹੋਰ ਮੈਂ ਦੇਖਿਆ ਪਾਣੀ ਤਾਂ ਕੱਢਦੀ ਸੀ ਉਹੀ ਤੈਨੂੰ ਮੈਂ ਦੱਸਦਾ ਉਹ ਤੂੰ ਟਾਇਆ ਮਾਰਦੀ ਉਹ ਵੀ ਛੱਡ ਗਈ ਯਾਰ ਔੜ ਵੀ ਬਹੁਤ ਲੱਗੀ ਆ ਹੋਰ ਕਿਤੇ ਔੜ ਥੋੜੀ ਲੱਗੀ ਆ ਔੜ ਚਾਹ ਲੱਗੀ ਪਾਣੀ ਧਰਤੀ 'ਚ ਗਿਆ ਨਹੀਂ ਨਿਕਲ ਰਿਹਾ ਵੋਲਟ ਵੀ ਘੱਟ ਗਏ ਬਾਈ ਹੁਣ ਫਿਰ ਇਹ ਘੱਟ ਗਈ ਤਾਂ ਵੋਲਟਾਂ 'ਚ ਘੱਟ ਗਈ ਮੋਟਰਾਂ ਪਾਣੀ ਘੱਟ ਕੱਢਣ ਲੱਗ ਗਈਆਂ ਆਏ ਗੰਨੇ ਵਾਲੇ ਵੀ ਚੱਲ ਗਏ ਬੂਲਰ ਵਾਲੇ ਵੀ ਚੱਲ ਗਏ ਸਭ ਕੁਝ ਚੱਲ ਰਿਹਾ ਸਾਰੇ ਲਾਈਟ ਭੱਜ ਗਈ ਆ ਚੁੱਬਾ ਕਿੱਥੇ ਆ ਗਿਆ ਘਰਾਂ ਲਾਈਟ ਭੱਜ ਗਈ ਮਾਨਾ ਵੀ ਨਹੀਂ ਆਉਂਦੇ ਇਹਨਾਂ ਨੂੰ ਘਰ ਆ ਗਈ ਦੁਪਹਿਰ ਨੂੰ ਫਿਰ ਚੱਕ ਲੈ ਕੇ ਕਹਿੰਦਾ ਚਾਰ ਜੀਰੋ ਹੈਲੋ ਚਾਰ ਆਏ ਨਾ ਚਾਰ ਜੀਰੋ ਪਰ ਹਾਂਜੀ ਵਧੀਆ ਜੀ ਅਸਰੀਕਾ ਬਲਾ ਦੇ ਭਾਈ ਕਿਆ ਅਸਰੀਕਾ ਬਲਾ ਦੇ ਭਾਈ ਵੀਡੀਓ ਚੱਲਦੀ ਆ ਸਤਿ ਸ਼੍ਰੀ ਅਕਾਲ ਉਦਾਂ ਹੀ ਬੁਲਾਉਂਦਾ ਜੇ ਕਹਿੰਦਾ ਅੱਗੇ ਬੁਲਾਏ ਕਰਦਾ ਤਾਂ ਗੈਂ ਗੂਆਂ ਚੋਰੀਆਂ ਕਿ ਨਹੀਂ ਹਲੇ ਨਹੀਂ ਆ ਬੰਦਾ ਭੇਜਿਆ ਇੱਧਰ ਬੈਠਾ ਕੁਰਸੀ ਪਰ ਵਿਹਲਾ ਹੀ ਅੱਜ ਵਧੀਆ ਹੋਰ ਸੁਣਾ ਜਬਾ ਕੱਟ ਦੇ ਬੈਟਰੀ ਲੋ ਫੋਨ ਦੀ ਦਾਦੇ ਮੂਨ ਡਾਊਨ ਹੈ ਮੂਨ ਡਾਊਨ ਅੱਜ ਦਾ ਬਾਅਦ ਕਰਦੇ ਆ ਹਾਂ ਬੈਟਰੀ ਡੱਡ ਜਾ ਮੈਂ ਕਹਿੰਦੇ ਬਸ ਕਹਿੰਦੇ ਵੀ ਆ ਜਾ ਵੀ ਦੱਲੀ ਨੂੰ ਲਿਆਉਣਾ ਨਾਲ ਬੰਦੇ ਕਿੰਨੇ ਹੋਗੇ ਮਹਾ ਅਸੀਂ 17 ਬੰਦੇ ਕਹਾਂ ਜਾਣ ਵਾਲੇ ਤਿੰਨ ਬੰਦੇ ਕੇ ਸਾਡੇ ਐਕਸਟਰਾ ਹੋਗੇ ਜਿਹੜੇ ਤੁਹਾਡੇ ਕੋਲ ਰਹਿਣਗੇ ਕਹਿੰਦੇ ਬਸ ਠੀਕ ਆ ਹਾਂ 20 ਬੰਦੇ ਦਾ ਸਾਡਾ ਬੰਦਾ ਕਹਿੰਦੇ ਪੱਕਾ ਤਿੰਨ ਬੰਦੇ ਕਿਹੜੇ ਇਹ ਹੋ ਗਿਆ ਇੱਕ ਡੀਸੀ ਨੇ ਉੱਥੇ ਰਹਿਣਾ ਅੱਛਾ ਹੋਰ ਕੀ ਆ ਇੱਕ ਤਾਂ ਹੋਰ ਵਾਲ ਸਕਦਾ ਤੂੰ ਕਹਿੰਦਾ ਮੈਂ ਜਾਣਾ ਤੂੰ ਕਹਿੰਦਾ ਮੈਂ ਜਾਣਾ ਮੈਂ ਤਾਂ ਜਾਣੀ ਚੱਲ ਰਿਹਾ ਜਾਨੀ ਉੱਥੇ ਜਿਕਣਾ ਕੱਗੇ ਆਪਾਂ ਗਾਹਾਂ ਗਏ ਤੇ ਗੁਰਦੁਆਰਾ ਸਾਹਿਬ ਉੱਥੇ ਥੋੜਾ ਜੀ ਕਮਰੇ ਬਾਤ ਤੇ ਵੀ ਦਿੱਕਤ ਜੀ ਆਉਂਦੀ ਹੈ ਦਿੱਕਤ ਕਰਦੇ ਆ ਫਿਰ ਉਹਨਾਂ ਨੇ ਉੱਪਰ ਛੱਤ ਵਾਲੀ ਪੱਖੇ ਗਰਮੀ ਦਾ ਟਾਈਮ ਗਰਮੀ ਦਾ ਹਾਂ ਇਹਨਾਂ ਨੇ ਬੰਦੋਬਸਤ ਕਰੇ ਬਹੁਤ ਵਧੀਆ ਪਲਾਸਟਿਕ ਵਾਲੇ ਜਿਹੜੇ ਕੂਲਰ ਨੇ ਪਾਣੀ ਮਾਰਦੇ ਬੜੇ ਉਹ ਰੱਖੇ ਹੋਏ ਆ ਵੀ ਵਧੀਆ ਐਨ ਉਹਦੇ ਬਣਾਇਆ ਫਿਰ ਆਪਾਂ ਨੂੰ ਕਹਿੰਦੇ ਆ ਵੀ ਸਾਡੇ ਆਉਂਗੇ ਭਾਈ ਮੈਂ ਕਹਿੰਦੇ ਉਹ ਜਾ ਕੇ ਆਉਂਗੇ ਠੀਕ ਨਹੀਂ ਚੰਗਾ ਜੀ ਫਿਰ ਦੇਖਾਂ ਮੈਂ ਪਾਣੀ ਧਾਣੀ ਮੈਂ ਦੇਖ ਲੈ ਪਾਣੀ ਧਾਣੀ ਦੇਖਾਂ ਮੈਂ ਪਾਣੀ ਧਾਣੀ ਜਿਹੜਾ ਤਾਲਾ ਨੂੰ ਛੱਡ ਬਤਾ ਵੀ ਦੁੱਕੇ ਆ ਗੱਲੇ ਭਰ ਕੇ ਚਲੋ ਚੰਗਾ ਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ